ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਤੁਸੀਂ ਸਭ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ। ਲੈ ਕੇ ਆ ਚੁੱਕੇ ਹਾਂ ਤੁਹਾਡੇ ਲਈ 11ਵੀਂ ਜਮਾਤ ਦਾ ਇਹ ਸਰੀਰਕ ਸਿੱਖਿਆ ਅਤੇ ਖੇਡਾਂ ਦਾ ਬਹੁਤ ਹੀ ਇੰਪੋਰਟੈਂਟ ਪੇਪਰ। ਤਾਂ ਪਿਆਰੇ ਬੱਚਿਓ, ਹੋ ਸਕਦਾ ਹੈ ਕੱਲ੍ਹ ਨੂੰ ਇਹ ਪੇਪਰ ਤੁਹਾਡਾ ਸੇਮ ਆ ਜਾਵੇ, ਅਤੇ ਇੱਕ ਹੋਰ ਪੇਪਰ ਵੀ ਹੈ ਉਸਦਾ ਵੀ ਹੋ ਸਕਦਾ। ਅਤੇ ਜੇ ਟਾਈਮ ਮਿਲੇਗਾ ਤਾਂ ਉਹ ਵੀ ਅਸੀਂ ਜ਼ਰੂਰ ਪਾ ਦੇਵਾਂਗੇ, ਚਾਹੇ ਬਿਨਾਂ ਵੋਇਸ ਤੋਂ ਪਾਈਏ। ਤਾਂ ਇਹ ਦੋਨੋਂ ਪੇਪਰਾਂ ਵਿੱਚੋਂ ਇੱਕ ਪੇਪਰ ਪਿਆਰੇ ਵਿੱਚ ਜ਼ਰੂਰ ਆਵੇਗਾ ਤੁਹਾਡਾ ਕੱਲ੍ਹ ਨੂੰ। ਤਾਂ ਦੇਖੋ, ਇਸ ਵੀਡੀਓ ਨੂੰ ਤਾਂ ਪੂਰੀ ਦੇਖ ਹੀ ਲਿਓ, ਅਤੇ ਨੀਚੇ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਤੁਹਾਨੂੰ ਉਹ ਦੂਜਾ ਪੇਪਰ ਵੀ ਚਾਹੀਦਾ ਹੈ, ਤਾਂ ਉਹ ਵੀ ਅਸੀਂ ਕਰ ਦੇਵਾਂਗੇ। ਤਾਂ ਇਸ ਦੇ ਨਾਲ ਹੀ ਪਿਆਰੇ ਬੱਚਿਓ, ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ। ਜੇ ਨਹੀਂ ਕੀਤਾ ਹੈ ਅੱਜ ਤੱਕ ਸਬਸਕ੍ਰਾਈਬ, ਤਾਂ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ। ਇਸ ਦੇ ਨਾਲ ਹੀ ਤੁਸੀਂ, ਸਭ ਨੂੰ ਪਤਾ ਹੋਵੇਗਾ ਕਿ ਰੀਅਲ ਪੇਪਰ ਸਿਰਫ ਅਤੇ ਸਿਰਫ ਸਾਡੇ ਚੈਨਲ ਦੇ ਉੱਤੇ ਹੀ ਮਿਲਦੇ ਹਨ। ਤਾਂ ਇਸ ਦੇ ਨਾਲ ਹੀ ਤੁਸੀਂ ਸਾਡੀ ਮੈਂਬਰਸ਼ਿਪ ਵੀ ਖਰੀਦ ਸਕਦੇ ਹੋ, ਜੋ ਕਿ ਸਿਰਫ ਅਤੇ ਸਿਰਫ 59 ਰੁਪੀਸ ਦੀ ਹੈ। ਤਾਂ ਪਿਆਰੇ ਬੱਚਿਓ, ਇਸ ਨੂੰ ਆਪਾਂ ਸ਼ੁਰੂ ਕਰਾਂਗੇ। ਇਸ ਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਸਾਡਾ ਟੈਲੀਗ੍ਰਾਮ ਚੈਨਲ ਵੀ ਹੈ, ਉਹ ਵੀ ਜੁਆਇਨ ਕਰ ਸਕਦੇ ਹੋ ਤੁਸੀਂ। ਤਾਂ ਚਲੋ ਪਿਆਰੇ ਬੱਚਿਓ, ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਸਿਹਤ ਦੀਆਂ ਕਿੰਨੀਆਂ ਕਿਸਮਾਂ ਹਨ? ਤਾਂ ਆਪਾਂ ਨੇ ਦੱਸਣਾ ਹੈ ਸਿਹਤ ਦੀਆਂ 4 ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਹਨ, ਅਸਲ ਵਿੱਚ ਤਾਂ 5 ਤਰ੍ਹਾਂ ਦੀਆਂ। ਤਾਂ ਸੁਣੋ, ਸਰੀਰਕ ਸਿਹਤ, ਮਾਨਸਿਕ ਸਿਹਤ, ਸਮਾਜਿਕ ਸਿਹਤ ਅਤੇ ਰੂਹਾਨੀ ਸਿਹਤ ਅਤੇ ਵਾਤਾਵਰਨ ਸਿਹਤ। ਤਾਂ ਪਿਆਰੇ ਬੱਚੇ, ਇਹ ਤੁਹਾਡੀਆਂ ਕਿਸਮਾਂ ਹੋ ਜਾਣਗੀਆਂ। ਵੈਸੇ ਤਾਂ 4 ਹੁੰਦੀਆਂ ਹਨ, ਪਰ 5 ਤੁਸੀਂ ਸਭ ਨੂੰ ਦੱਸ ਦਿੱਤੀਆਂ ਹਨ। ਅੱਗੇ ਚੱਲਦੇ ਹਾਂ, ਸਰੀਰਕ ਸਿੱਖਿਆ ਦਾ ਕੀ ਉਦੇਸ਼ ਹੈ? ਤਾਂ ਸਰੀਰਕ ਸਿੱਖਿਆ ਦਾ ਕੀ ਉਦੇਸ਼ ਹੈ? ਸਰੀਰਕ ਪੱਖ ਵਾਲਾ ਵਿਕਾਸ, ਭਾਵਮਾਤਕ ਪੱਖ ਵਾਲਾ ਵਿਕਾਸ, ਸਮਾਜਿਕ ਪੱਖ ਵਾਲਾ ਵਿਕਾਸ ਅਤੇ ਬੌਧਿਕ ਪੱਖ ਵਾਲਾ ਵਿਕਾਸ, ਨਿਊਰੋ ਮਾਸਪੇਸ਼ੀ ਵਾਲਾ ਵਿਕਾਸ, ਇਹ ਸਾਰਾ ਕੁਝ ਹੋ ਜਾਵੇਗਾ ਤੁਹਾਡਾ, ਇਸ ਵਿੱਚ ਆ ਜਾਂਦਾ ਹੈ। ਰੀੜ ਦੀ ਹੱਡੀ ਦੇ ਕੁੱਲ ਕਿੰਨੇ ਮਣਕੇ ਹੁੰਦੇ ਹਨ? ਤਾਂ ਇਸ ਦਾ ਉੱਤਰ ਆ ਜਾਵੇਗਾ 33 ਮਣਕੇ। ਕੀ ਆ ਜਾਵੇਗਾ? 33 ਮਣਕੇ। ਆਸਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਤਾਂ ਇਸ ਦਾ ਉੱਤਰ ਕੀ ਆ ਜਾਵੇਗਾ? ਆਸਣ 2 ਤਰ੍ਹਾਂ ਦੇ ਹੁੰਦੇ ਹਨ, ਧਿਆਨਾਤਮਕ ਆਸਣ ਅਤੇ ਆਰਾਮਦਾਇਕ ਆਸਣ। ਤਾਂ ਇਹ ਹੋ ਜਾਵੇਗਾ ਪਿਆਰੇ ਬੱਚੇ ਤੁਹਾਡਾ। ਅਸ਼ਟਾਂਗ ਯੋਗ ਦੇ ਕੁੱਲ ਕਿੰਨੇ ਅੰਗ ਹੁੰਦੇ ਹਨ? ਤਾਂ ਪਿਆਰੇ ਬੱਚੇ, ਇਹ ਤੁਹਾਡਾ ਸੈਲਫ ਅਸੈਸਮੈਂਟ ਦਾ ਕੁਸ਼ਚਨ ਹੈ, ਖੁਦ ਕਰਨਾ। 5th ਅਸ਼ਟਾਂਗ ਯੋਗ ਦੇ ਕੁੱਲ ਕਿੰਨੇ ਅੰਗ ਹਨ, ਇਹ ਵਾਲਾ ਪ੍ਰਸ਼ਨ। ਅੱਗੇ 6ਵਾਂ, ਡੈਸ਼ ਮਨ ਡੈਸ਼ ਦਾ ਘਰ ਹੈ, ਤਾਂ ਇਸ ਦੇ ਵਿੱਚ ਕੀ ਆ ਜਾਵੇਗਾ? ਵਿਹਲਾ ਮਨ ਸ਼ੈਤਾਨ ਦਾ ਘਰ ਹੈ, ਇਹ ਆ ਜਾਵੇਗਾ। ਬਹੁਤ ਹੀ ਇੰਪੋਰਟੈਂਟ ਹੈ ਪਿਆਰੇ ਬੱਚਿਓ, ਤਾਂ ਜ਼ਰੂਰ ਕਰ ਲਿਓ ਇਹ। ਅੱਗੇ ਚੱਲਦੇ ਹਾਂ, ਬੱਚਿਆਂ ਨੂੰ ਬਚਪਨ ਤੋਂ ਹੀ ਡੈਸ਼ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ? ਤਾਂ ਇਸ ਦਾ ਉੱਤਰ ਤੁਸੀਂ ਖੁਦ ਕਰਨਾ, ਇਹ ਵੀ ਸੈਲਫ ਅਸੈਸਮੈਂਟ ਲਈ ਹੈ। ਇੱਕ ਪ੍ਰਸ਼ਨ ਜ਼ਰੂਰ ਹਰ ਇੱਕ ਉਸਦੇ ਵਿੱਚ ਮੈਂ ਤੁਸੀਂ ਨੂੰ ਦੇਵਾਂਗਾ ਸੈਲਫ ਅਸੈਸਮੈਂਟ ਲਈ। 8ਵਾਂ ਪ੍ਰਸ਼ਨ, ਸੂਰਿਆ ਨਮਸਕਾਰ ਦੀਆਂ ਡੈਸ਼ ਅਵਸਥਾਵਾਂ ਹੁੰਦੀਆਂ ਹਨ? ਤਾਂ ਇਸਦਾ ਉੱਤਰ ਆ ਜਾਵੇਗਾ 12। ਇਸ ਦੇ ਨਾਲ ਹੀ ਦੱਸ ਦਿੰਦੇ, ਜੋ ਸੈਲਫ ਅਸੈਸਮੈਂਟ ਲਈ ਪ੍ਰਸ਼ਨ ਦੇ ਰਹੇ ਹਾਂ ਪਿਆਰੇ ਬੱਚਿਓ, ਉਹ ਤੁਹਾਨੂੰ ਦੇ ਰਹੇ ਹਾਂ ਇਸ ਦੇ ਸੈਲਫ ਅਸੈਸਮੈਂਟ ਵਾਲੇ ਪ੍ਰਸ਼ਨ, ਤਾਂ ਕਿ ਤੁਸੀਂ ਉਹਨਾਂ ਦੇ ਆਂਸਰ ਕਮੈਂਟ ਸੈਕਸ਼ਨ ਵਿੱਚ ਲਿਖ ਦਿਓ, ਤਾਂ ਤੁਸੀਂ ਲਿਖ ਦਿਓ ਪਿਆਰੇ ਬੱਚਿਓ। 9ਵਾਂ ਪ੍ਰਸ਼ਨ, ਜਦੋਂ 2 ਜਾਂ 2 ਤੋਂ ਵੱਧ ਹੱਡੀਆਂ ਦੇ ਸਿਰੇ ਇੱਕ ਜਗ੍ਹਾ ਮਿਲਣ ਤਾਂ ਉਹਨਾਂ ਨੂੰ ਡੈਸ਼ ਕਹਿੰਦੇ ਹਨ? ਤਾਂ ਇਸਦਾ ਉੱਤਰ ਕਿਆ ਜਾਵੇਗਾ? ਜੋੜ, ਜੱਜੇ ਹੋੜਾ ਜੋ ਰਾੜਾ ਜੋੜ, ਤਾਂ ਇਹ ਹੋ ਜਾਵੇਗਾ ਤੁਹਾਡਾ। ਅੱਗੇ ਚੱਲਦੇ ਹਾਂ, ਸੈੱਲਾਂ ਦਾ ਸਮੂਹ ਇਕੱਠਾ ਹੋ ਕੇ ਡੈਸ਼ ਬਣਾਉਂਦਾ ਹੈ, ਤਾਂ ਇਸਦਾ ਉੱਤਰ ਆ ਜਾਵੇਗਾ ਟਿਸ਼ੂ, ਟੈਂਕੇ ਵੈਰਿਟੀ ਸ਼ਸ਼ਾ ਨੂੰ ਦੁਲੈਂਕੜ, ਇਹ ਆ ਜਾਵੇਗਾ ਟਿਸ਼ੂ ਤੁਹਾਡਾ। ਅੱਗੇ ਵੱਧਦੇ ਹਾਂ ਪਿਆਰੇ ਬੱਚੇ ਆਪਾਂ, ਤਾਂ ਸਹੀ ਗਲਤ, ਖੇਡਾਂ ਰਾਸ਼ਟਰੀ ਏਕਤਾ ਵਿੱਚ ਵਾਧਾ ਕਰਦੀਆਂ ਹਨ, ਇਹ ਦੱਸਣਾ, ਤਾਂ ਇਸ ਤੋਂ ਉੱਤਰ ਆ ਜਾਵੇਗਾ ਹਾਂ। ਯੋਗ ਆਸਣ ਸਾਡੇ ਸਰੀਰ ਵਿੱਚ ਬਿਮਾਰੀਆਂ ਦਾ ਵਾਧਾ ਕਰਦੇ ਹਨ, ਤਾਂ ਇਸਦਾ ਉੱਤਰ ਆ ਜਾਵੇਗਾ ਗਲਤ। ਮਨੁੱਖੀ ਜੀਵਨ ਦੀ ਮੁੱਢਲੀ ਇਕਾਈ ਸੈੱਲ ਹੁੰਦੀ ਹੈ, ਤਾਂ ਇਸਦਾ ਜਾਵੇਗਾ ਹਾਂ। ਅਣਇੱਛਕ ਮਾਸਪੇਸ਼ੀਆਂ ਮਨੁੱਖੀ ਇੱਛਾ ਅਨੁਸਾਰ ਕੰਮ ਕਰਦੀਆਂ ਹਨ, ਤਾਂ ਇਸਦਾ ਉੱਤਰ ਕੀ ਆ ਜਾਵੇਗਾ? ਗਲਤ।
ਦਿਲ ਦੇ ਖੱਬੇ ਪਾਸੇ ਸ਼ੁੱਧ ਖੂਨ ਹੁੰਦਾ ਹੈ? ਤਾਂ ਇਸਦਾ ਉੱਤਰ ਕਿਆ ਦੇਵੇਗਾ, ਇਹ ਤੁਸੀਂ ਖੁਦ ਕਰਨਾ ਪੈਰ ਵਿੱਚ ਵੈਸੇ ਤਾਂ ਬਹੁਤ ਹੀ ਨੋਰਮਲ ਜਿਹਾ ਆਂਸਰ ਆ ਜਾਵੇਗਾ ਇਸਦਾ, ਸਹੀ ਗਲਤ ਵਿੱਚੋਂ ਹੀ ਹੈ। ਦੇਖੋ ਧਿਆਨ ਦੇ ਨਾਲ ਲਿਖ ਦਿਓ, ਵੈਸੇ ਦੱਸ ਹੀ ਦਿੰਦਾ ਇਸਦਾ ਤਾਂ ਉੱਤਰ, ਇਸਦਾ ਤਾਂ ਕੋਈ ਗੱਲ ਨਹੀਂ। ਤਾਂ ਇਸਨੂੰ ਤੁਸੀਂ ਹਾਂ ਲਿਖ ਸਕਦੇ ਹੋ, ਜੇ ਤੁਹਾਨੇ ਹੁਣ ਤੱਕ ਲਿਖ ਦਿੱਤਾ ਹੋਵੇਗਾ ਤਾਂ ਉਹ ਚੰਗਾ ਰਹੇਗਾ। ਤਾਂ ਅੱਗੇ ਚੱਲਦੇ ਹਾਂ 16ਵੇਂ ਪ੍ਰਸ਼ਨ ਦੇ ਉੱਤੇ। ਸਿਹਤ ਸਿੱਖਿਆ ਦਾ ਉਦੇਸ਼ ਹੈ, ਤਾਂ ਕੀ ਉਦੇਸ਼ ਹੈ ਸਿਹਤ ਸਿੱਖਿਆ ਦਾ ਇਹਨਾਂ ਵਿੱਚੋਂ? ਤਾਂ ਇਹ ਸਾਰੇ ਹੀ, ਯਾਨੀ ਸਰੀਰਕ ਵਿਕਾਸ, ਮਾਨਸਿਕ ਵਿਕਾਸ, ਭਾਵਾਤਮਕ ਵਿਕਾਸ। ਅੱਗੇ ਚੱਲਦੇ ਹਾਂ, ਸਰੀਰਕ ਸਿੱਖਿਆ ਰਾਹੀਂ ਹੁੰਦਾ ਹੈ ਤਾਂ ਕੀ ਕੁਛ ਹੁੰਦਾ ਹੈ? ਤਾਂ ਇਸਦਾ ਉੱਤਰ ਹੈ ਰਾਸ਼ਟਰੀ ਏਕੀਕਰਨ। ਅੱਗੇ ਜੋੜ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਤਾਂ ਇਸਦਾ ਉੱਤਰ ਆ ਜਾਵੇਗਾ ਫਸਟ, 3 ਪ੍ਰਕਾਰ ਦੇ। ਕੁੰਭਕ ਤੋਂ ਕੀ ਭਾਵ ਹੈ? ਤਾਂ ਕੁੰਭਕ ਤੋਂ ਭਾਵ ਹੈ, ਕੁੰਭਕ ਪੈਰ ਵਿੱਚੋਂ ਖੁਦ ਕਰਨਾ ਤੁਹਾਨੂੰ ਇਸਦਾ ਪ੍ਰਸ਼ਨ ਕੁੰਭਕ ਦਾ, ਇਸਦੇ ਆਪਸ਼ਨ ਦਿੱਤੇ ਗਏ ਨਾ, ਇਹਨਾਂ ਵਿੱਚੋਂ ਜੋ ਹੈ ਉਸਨੂੰ ਲਿਖਿਓ। ਤੰਦਰੁਸਤ ਮਨ ਇੱਕ ਤੰਦਰੁਸਤ ਸਰੀਰ ਵਿੱਚ ਹੀ ਰਹਿ ਸਕਦਾ ਹੈ, ਇਹ ਸ਼ਬਦ ਕਿਸਨੇ ਗਏ? ਤਾਂ ਇਸਦਾ ਉੱਤਰ ਆ ਜਾਵੇਗਾ ਜੌਨ ਲੌਕ। ਤਾਂ ਇਹ ਹੋ ਜਾਵੇਗਾ ਤੁਹਾਡਾ। ਅੱਗੇ ਪੈਰ ਵਿੱਚ ਭਾਗ ਐੜਾ ਦੇ ਪ੍ਰਸ਼ਨ, ਤਾਂ ਸਿਹਤ ਸੰਬੰਧੀ ਕੋਈ 3 ਉਪਾਅ ਲਿਖੋ। ਤਾਂ ਕੀ ਆ ਸਕਦੇ ਹਨ 3 ਉਪਾਅ? ਇੱਕ ਤਾਂ ਪੈਰ ਵਿੱਚ ਆ ਜਾਵੇਗਾ ਤੁਹਾਡਾ ਯੋਗਾ। ਚੰਗੀ ਸਿਹਤ ਲਈ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈ, ਯੋਗ ਰਾਹੀਂ ਸਰੀਰ ਨੂੰ ਅੰਦਰੂਨੀ ਅਸ਼ੁੱਧੀਆਂ ਤੋਂ ਛੁਟਕਾਰਾ ਮਿਲਦਾ ਹੈ। ਅਤੇ ਦੂਜਾ ਆ ਸਕਦਾ ਹੈ ਸਾਫ਼ ਸੁਥਰਾ ਵਾਤਾਵਰਨ, ਸਕੂਲ ਵਿੱਚ ਬੱਚਿਆਂ ਨੂੰ ਸਾਫ਼ ਸੁਥਰਾ ਵਾਤਾਵਰਨ ਪ੍ਰਦਾਨ ਕਰਨਾ ਚਾਹੀਦਾ ਹੈ, ਤਾਂ ਜੋ ਉਹਨਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਨਾ ਪੈ ਸਕੇ। ਅੱਗੇ ਚੱਲਦੇ ਹੁਣ ਆਪਾਂ ਸਰੀਰਕ ਸਿੱਖਿਆ ਦੀ ਪਰਿਭਾਸ਼ਾ ਲਿਖੋ। ਤਾਂ ਇਸਦਾ ਉੱਤਰ ਸਰੀਰਕ ਸਿੱਖਿਆ ਦੀ ਕੋਈ ਇੱਕ ਪਰਿਭਾਸ਼ਾ ਦੇਣਾ ਬਹੁਤ ਮੁਸ਼ਕਿਲ ਕੰਮ ਹੈ। ਸਰੀਰਕ ਸਿੱਖਿਆ ਦੇ ਰੂਪ, ਕੰਮਾਂ ਅਤੇ ਉਸ ਸੰਬੰਧੀ ਵਿਚਾਰਧਾਰਾਵਾਂ ਵਿੱਚ ਲਗਾਤਾਰ ਤਬਦੀਲੀਆਂ ਆ ਰਹੀਆਂ ਹਨ। ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਨੇ ਵਿਅਕਤੀ, ਸਮਾਜ ਅਤੇ ਦੇਸ਼ ਦੀਆਂ ਲੋੜਾਂ ਅਨੁਸਾਰ ਇੱਕ ਵਿਸ਼ੇਸ਼ ਸਰੀਰਕ ਸਿੱਖਿਆ ਪ੍ਰਣਾਲੀ ਨੂੰ ਅਪਣਾਇਆ ਹੈ। ਤਾਂ ਇਹ ਹੋ ਜਾਵੇਗਾ ਤੁਹਾਡਾ ਪੈਰ ਵਿੱਚੋਂ। ਲੰਬੀਆਂ ਹੱਡੀਆਂ ਕਿੱਥੇ ਪਾਈਆਂ ਜਾਂਦੀਆਂ ਹਨ? ਤਾਂ ਇਸ ਉੱਤਰ ਆ ਜਾਵੇਗਾ ਲੰਬੀਆਂ ਹੱਡੀਆਂ ਸਰੀਰ ਵਿੱਚ ਬਾਹਾਂ ਵਿੱਚ ਪਾਈਆਂ ਜਾਂਦੀਆਂ ਹਨ। ਤਾਂ ਅੱਗੇ ਸ਼ਵ ਅਸ਼ਟ ਦੇ ਕੋਈ 3 ਲਾਭ ਲਿਖੋ। ਤਾਂ ਪੈਰ ਵਿੱਚੋਂ ਇਸਦਾ ਆ ਜਾਵੇਗਾ ਸ਼ਵ ਆਸਣ। ਤਾਂ ਸ਼ਵ ਆਸਣ ਨਾਲ ਜੋ ਉੱਚ ਰਕਤ ਚਾਪ ਅਤੇ ਮਾਨਸਿਕ ਤਣਾਅ ਤੋਂ ਛੁਟਕਾਰਾ ਮਿਲਦਾ ਹੈ, ਤਾਂ ਇਹ ਹੋ ਜਾਵੇਗਾ ਤੁਹਾਡਾ। ਅੱਗੇ ਇਸਦੇ ਉਪਾਅ ਲਿਖਦੇ ਨੇ ਆਪਾਂ ਪਹਿਲਾਂ ਤਾਂ। ਇਹ ਦਿਲ ਅਤੇ ਦਿਮਾਗ ਨੂੰ ਤਾਜ਼ਾ ਰੱਖਦਾ ਹੈ, ਇਹ ਆਸਣ ਦੁਆਰਾ ਸਰੀਰ ਦੀ ਥਕਾਵਟ ਦੂਰ ਕਰਦਾ ਹੈ, ਇਸ ਪ੍ਰਕਾਰ ਦੇ ਜੋੜਾਂ ਵਿੱਚ ਗਤੀ ਚੱਕਰ ਹੁੰਦਾ ਹੈ। ਤਾਂ ਪੈਰ ਵਿੱਚ ਇਹ ਹੋ ਜਾਵੇਗਾ ਤੁਹਾਡੇ ਲਈ, ਐਕਸਟਰਾ ਹੀ ਲੈ ਕੇ ਆ ਰਹੇ ਵੈਸੇ ਅਸੀਂ ਜ਼ਿਆਦਾਤਰ ਤਾਂ। ਚੱਲ ਜੋੜ ਦੀ ਕਿਸਮਾਂ ਲਿਖੋ, ਤਾਂ ਇਹ ਪੈਰ ਵਿੱਚੋਂ ਖੁਦ ਕਰਨਾ ਤੁਹਾਨੇ। ਅੱਗੇ ਚੱਲਦੇ ਹਾਂ ਹੁਣ ਭਾਗ ਈੜੀ ਦੀ, ਪੈਰ ਵਿੱਚ ਪ੍ਰਸ਼ਨ ਵੱਡੇ ਹਨ, ਤਾਂ ਇਹ ਤਾਂ ਅਸੀਂ ਇਸ ਵੀਡੀਓ ਵਿੱਚ ਨਹੀਂ ਕਰ ਪਾਵਾਂਗੇ। ਤੁਸੀਂ ਸਭ ਨੂੰ ਕੁਸ਼ਚਨ ਜ਼ਰੂਰ ਦੱਸ ਦੇਣਾ ਜੋ ਇੰਪੋਰਟੈਂਟ ਨੇ, ਕਿਉਂਕਿ ਅਸੀਂ ਹੋਰ ਵੀ ਕਈ ਕਲਾਸਿਸ ਦੇ ਪੇਪਰ ਪਾਉਣੇ ਨੇ। ਤਾਂ 26ਵਾਂ ਪ੍ਰਸ਼ਨ, ਖੇਡਾਂ ਰਾਹੀਂ ਰਾਸ਼ਟਰੀ ਏਕੀਕਰਨ ਦੀ ਭਾਵਨਾ ਕਿਵੇਂ ਪੈਦਾ ਹੁੰਦੀ ਹੈ? 27ਵਾਂ ਪ੍ਰਸ਼ਨ, ਸਰੀਰਕ ਸਿੱਖਿਆ ਦਾ ਟੀਚਾ ਕੀ ਹੈ? 28ਵਾਂ ਪ੍ਰਸ਼ਨ, ਹੱਡੀਆਂ ਕੀ ਹਨ? ਕਿਸਮਾਂ ਦੇ ਨਾਮ ਲਿਖੋ, ਕਿਸੇ ਇੱਕ ਕਿਸਮ ਦੀ ਵਿਆਖਿਆ ਕਰੋ। 29ਵਾਂ ਪ੍ਰਸ਼ਨ, ਪਦਮ ਆਸਣ ਦੇ ਲਾਭ ਲਿਖੋ। 30ਵਾਂ ਪ੍ਰਸ਼ਨ, ਅਸ਼ਟਾਂਗ ਯੋਗ ਦੇ ਅੰਗਾਂ ਦੇ ਨਾਮ ਲਿਖੋ। ਤਾਂ ਪਿਆਰੇ ਬੱਚੇ ਭਾਗ ਸੱਸਾ ਕੀ ਹੈ? ਸਰੀਰਕ ਸਿੱਖਿਆ ਦੇ ਉਦੇਸ਼ਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿਓ, ਜਾਂ ਕਰ ਸਕਦੇ ਹੋ ਜੋੜ ਕੀ ਹਨ, ਜੋੜਾਂ ਦੀਆਂ ਕਿਸਮਾਂ ਦੇ ਦੀ ਵਿਸਥਾਰ ਪੂਰਵਕ ਵਿਆਖਿਆ ਕਰੋ। ਤਾਂ ਪਿਆਰੇ ਬੱਚੇ ਇਹ ਹੋ ਜਾਵੇਗਾ ਤੁਹਾਡਾ ਅੱਜ ਦਾ ਪੇਪਰ। ਧੰਨਵਾਦ ਇਸ ਵੀਡੀਓ ਨੂੰ ਦੇਖਣ ਦੇ ਲਈ। ਤਾਂ ਪੇਪਰ ਸ਼ੋਰਟ ਬਣਿਆ ਮੈਂ ਜਾਣਦਾ ਹਾਂ, ਬਟ ਇਹ ਇਸ ਲਈ ਬਣਿਆ ਕਿਉਂਕਿ ਪਿਆਰੇ ਬੱਚੇ ਹੋਰ ਵੀ ਕਈ ਕਲਾਸਿਸ ਦੇ ਪੇਪਰ ਨੇ, ਤਾਂ ਉਹ ਅਸੀਂ ਪਾਉਣੇ ਨੇ। ਧੰਨਵਾਦ।